ਘੋੜੀ ਸੂਈ ਹੈ ਜੀ, ਦੋ ਬੱਚਿਆਂ ਨੂੰ ਜਨਮ ਦਿੱਤਾ, ਇੱਕ ਪਿਓਰ ਨੌਕਰੀ, ਇੱਕ ਨੀਲੀ। ਘੋੜੀ ਇੱਕੇ ਘੋੜੇ ਤੋਂ ਭਰਾਈ ਹੋਈ ਹੈ, ਇੱਕੇ ਘਰੇ ਰਹੀ ਹੈ, ਅਤੇ ਰਿਜ਼ਲਟ ਤੁਸੀਂ ਵੇਖੋ, ਇੱਕ ਨੀਲਾ, ਇੱਕ ਨੁਕਰਾ। ਇਹ ਗੱਲ ਕਹਿ ਸਕਦੇ ਹਾਂ ਕਿ ਪਰਮਾਤਮਾ ਦਾ ਕੋਈ ਭਰੋਸਾ ਨਹੀਂ ਕਿਹੜੇ ਰੰਗਾਂ 'ਚ ਰਾਜੀ ਹੈ, ਕਿਹੜੇ ਘੋੜੇ ਤੋਂ ਕਿਹੜੀ ਘੋੜੀ ਨੇ ਕਿਹੋ ਜਿਹਾ ਰਿਜ਼ਲਟ ਦੇਣਾ ਹੈ, ਜਾਂ ਕੋਈ ਪਤਾ ਨਹੀਂ ਹੁੰਦਾ ਗਾ। ਇਹ ਸਭ ਕੁਦਰਤ ਦੇ ਹੱਥ ਵੱਸ ਹੈ। ਇੱਕੇ ਸਮੇਂ 'ਤੇ ਦੋ ਬੱਚੇ ਤੁਹਾਡੇ ਸਾਹਮਣੇ ਹੈ ਜੀ। ਇਹ ਘੋੜੀ ਅੱਜ ਹੀ ਸੂਈ ਹੈ ਸਰਦਾਰ ਜਸਮੇਲ ਸਿੰਘ ਜੀ, ਬਰਾੜ ਸਾਹਿਬ ਦੇ ਘਰੇ, ਪਿੰਡ ਰੂਪਨਗਰ, ਗੈਸਮਪੁਰ, ਜ਼ਿਲ੍ਹਾ ਸ਼੍ਰੀ ਗੰਗਾਨਗਰ, ਰਾਜਸਥਾਨ 'ਚ ਇਹ ਘੋੜੀ ਹੈ ਜੀ। ਉਹਨਾਂ ਨੇ ਦੱਸਿਆ ਵੀ ਪਹਿਲਾਂ ਵੀ ਇਹ ਘੋੜੀ ਆਪਣੇ ਕੋਲ ਨੌ ਸੂਏ ਸੂਈ ਹੈ, ਅਤੇ ਨੌਵੇਂ ਵਾਰੀ ਇਹਨੇ ਆਪਾਂ ਨੂੰ ਬਛੇਰੀਆਂ ਦਿੱਤੀਆਂ। ਬਹੁਤ ਕਰਮਾਂ ਵਾਲੀ ਘੋੜੀ ਹੈ, ਭਾਗਾਂ ਵਾਲੀ ਘੋੜੀ ਹੈ। ਦੋਨੇ ਬਛੇਰੀਆਂ ਸਰੀਰਕ ਤੌਰ 'ਤੇ ਜਮ੍ਹਾਂ ਸਵਸਥ ਹੈ, ਕਿਸੇ ਵੀ ਤਰ੍ਹਾਂ ਦਾ ਕੋਈ ਅੰਗਾਂ 'ਚ ਵਿਕਰਤੀ ਜਾਂ ਹੋਰ ਕਿਸੇ ਵੀ ਤਰ੍ਹਾਂ ਦੀ ਦਿੱਕਤ ਨਹੀਂ ਹੈ। ਜ਼ਿਆਦਾਤਰ ਵੈਟਨਰੀ ਸਾਇੰਸ ਜਾਂ ਘੋੜਿਆਂ ਦੀ ਦੁਨੀਆ 'ਚ ਇਹ ਗੱਲ ਕਹੀ ਜਾਂਦੀ ਹੈ ਕਿ ਘੋੜੀ ਇੱਕੇ ਟਾਈਮ 'ਤੇ ਦੋ ਬੱਚਿਆਂ ਨੂੰ ਜਨਮ ਨਹੀਂ ਦੇ ਸਕਦੀ। ਆਹ ਕੁਦਰਤ ਦਾ ਕਰਿਸ਼ਮਾ ਤੁਹਾਡੇ ਸਾਹਮਣੇ ਹੈ ਜੀ, ਦੇਖ ਲਓ। ਜੇ ਪਰਮਾਤਮਾ ਚਾਹੇ ਤਲੀ ਦੇ ਸਰੋਂ ਜਮਾ ਸਕਦਾ, ਰਿਜ਼ਲਟ ਤੁਹਾਡੇ ਸਾਹਮਣੇ ਹੈ। ਇੱਕ ਨੌਕਰੀ, ਇੱਕ ਨੀਲੀ, ਇੱਕੇ ਘੋੜੀ ਦੀ ਕੁੱਖੋਂ ਇਹ ਦੋਨੇ ਬੱਚੀਆਂ ਨੇ ਜਨਮ ਲਿਆ ਜੀ। ਸਰਦਾਰ ਜਸਮੇਲ ਸਿੰਘ ਜੀ, ਪਿੰਡ ਰੂਪਨਗਰ, ਗੈਸਮਪੁਰ, ਜ਼ਿਲ੍ਹਾ ਸ਼੍ਰੀ ਗੰਗਾਨਗਰ ਦੇ ਵਿੱਚ ਇਹ ਘੋੜੀ ਹੈ ਜੀ। ਕਈ ਵਾਰੀ ਵੇਖਣ ਵਾਲਾ ਇਹ ਕਹਿੰਦਾ ਵੀ ਘੋੜੀ ਦੂਸਰੀ ਦਾ ਬੱਚਾ ਸ਼ਾਇਦ ਦੇ ਥੱਲੇ ਲਾਤਾ ਹੋਣਾ। ਅਸੀਂ ਓਨਰ ਦਾ ਨੰਬਰ ਵੀ ਵਿੱਚ ਦੇ ਦਿਆਂਗੇ, ਕੋਈ ਬੰਦਾ ਕਨਫਰਮ ਕਰਨਾ ਚਾਹੇ ਕਰ ਸਕਦਾ। ਪਰਮਾਤਮਾ ਕਿਹੜਿਆਂ ਰੰਗਾਂ 'ਚ ਰਾਜੀ ਹੈ ਇਹਨੂੰ ਕੋਈ ਨਹੀਂ ਪਹੁੰਚ ਸਕਦਾ। ਘੋੜੀ ਨਹੀਂ ਸੁਣਦੀ, ਕਿਸਮਤ ਸੁਣਦੀ ਹੈ। ਅੱਜ ਸਰਦਾਰ ਜਸਮੇਲ ਸਿੰਘ ਜੀ ਦੇ ਘਰ ਵਾਕਈ ਕਿਸਮਤ ਸੂਈ ਹੈ। ਸਰਦਾਰ ਜਸਮੇਲ ਸਿੰਘ ਜੀ ਨੇ ਦੱਸਿਆ ਕਿ ਅੱਗੇ ਇਹ ਘੋੜੀ ਆਪਣੇ ਘਰ ਨੌ ਸੂਏ ਸੂਈ ਹੈ, ਅਤੇ ਨੌਵੇਂ ਵਾਰੀ ਆਪਾਂ ਨੂੰ ਬਛੇਰੀਆਂ ਦਿੱਤੀਆਂ, ਅਤੇ ਅੱਜ ਕਰਮ ਵਾਲੀਆਂ ਇਕੱਠੀਆਂ ਦੋ ਦੇ ਦਿੱਤੀਆਂ। ਬਾਕੀ ਓਨਰ ਦੁੱਧ ਦਾ ਧਿਆਨ ਰੱਖ ਰਹੇ ਹੈ ਕਿ ਦੋ ਬੱਚੀਆਂ ਦੇ ਕਰਕੇ ਦੁੱਧ ਘੱਟ ਨਾ ਜਾਵੇ, ਪੂਰੀ ਤਰ੍ਹਾਂ ਇਹਦੀ ਵਧੀਆ ਤਰੀਕੇ ਨਾਲ ਕੇਅਰ ਹੋ ਰਹੀ ਹੈ, ਅਤੇ ਪਰਮਾਤਮਾ ਭਲੀ ਕਰੂਗਾ। ਅੱਗੇ ਇਹਦੀ ਵੀਡੀਓ ਹੋਰ ਵੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ। ਬਹੁਤ ਬਹੁਤ ਧੰਨਵਾਦ, ਮਿਹਰਬਾਨੀ ਜੀ।